ਪੰਜਾਬ 'ਚ ਹਾਲੇ ਵੀ ਭਰੂਣ ਹੱਤਿਆ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਭਰੂਣ ਹੱਤਿਆ ਦਾ ਇੱਕ ਹੋਰ ਮਾਮਲਾ ਲੁਧਿਆਣੇ ਦੇ 33 ਫੁੱਟਾ ਰੋਡ ਤੋਂ ਸਾਹਮਣੇ ਆਇਆ, ਜਿੱਥੇ ਜੈ ਗੁਰਦੇਵ ਨਾਮਕ ਕਲੋਨੀ ਦੀਆਂ ਝਾੜੀਆਂ 'ਚ ਇੱਕ ਨਵ ਜੰਮੀ ਬੱਚੀ ਦੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ। ਦਰਅਸਲ ਲੁਧਿਆਣਾ ਦੇ 33 ਫੁੱਟਾ ਰੋਡ ਸਥਿਤ ਜੈ ਗੁਰਦੇਵ ਨਾਮਕ ਕਲੋਨੀ ਦੀ ਇੱਕ ਪਲਾਟ ਦੀਆਂ ਝਾੜੀਆਂ ਵਿੱਚ ਬੱਚੀ ਦੀ ਲਾਸ਼ ਮਿਲੀ ਹੈ, ਜਿਸ ਪਲਾਟ ਵਿੱਚ ਇੱਕ ਪ੍ਰਵਾਸੀ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ, ਜਿਨ੍ਹਾਂ ਨੇ ਪਲਾਟ 'ਚ ਕੁਝ ਲੱਕੜਾਂ ਰੱਖੀਆਂ ਹੋਈਆਂ ਸੀ। ਜਦੋਂ ਸਵੇਰੇ ਇੱਕ ਬੱਚਾ ਉੱਥੇ ਘੁੰਮ ਰਿਹਾ ਸੀ ਤਾਂ ਉਸਨੇ ਇਹਨਾਂ ਲੱਕੜਾਂ ਦੇ ਅੰਦਰ ਇੱਕ ਨਵ ਜੰਮੀ ਬੱਚੀ ਦੀ ਲਾਸ਼ ਦੇਖੀ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਇਲਾਕਾ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਪੂਰੇ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਘਟਨਾ ਦੀ ਨਿੰਦਿਆ ਕੀਤੀ। ਕੀ ਕਹਿਣਾ ਚਾਹੁੰਦੇ? ਜਿਹੜਾ ਪ੍ਰੋਬਲਮ ਮਿਲਿਆ, ਲੜਕੀ ਹੈ ਲੜਕਾ? ਕੀ ਹੈ? ਲੜਕੀ ਸੀ ਜੀ। ਹਾਂਜੀ, ਖਾਲੀ ਪਲਾਟ ਸੀ, ਦੇਖਭਾਲ ਲਈ ਇਹਨਾਂ ਨੇ ਰੱਖਿਆ ਹੋਇਆ ਸੀ ਜੀ। ਉਹਦੇ ਵਿੱਚ ਬੱਚਾ ਦੇਖਿਆ ਸੀ ਲੱਕੜਾਂ 'ਚ, ਕਿਸੇ ਛੋਟੇ ਜਿਹੇ ਬੱਚੇ ਨੇ ਪਹਿਲਾਂ ਦੇਖਿਆ, ਫਿਰ ਰੌਲਾ ਪਾਤਾ, ਸਾਰੀ ਦੁਨੀਆ ਇਕੱਠੀ ਹੋ ਗਈ, ਫਿਰ ਆਪਾਂ ਮੁਲਾਜ਼ਮ ਬੁਲਾ ਲਏ ਜੀ। ਬਸ ਇਹੀ ਕੁਝ ਦੇਖਿਆ ਜੀ ਅਸੀਂ। ਤੇ ਮਾਲਕ ਇਹਦੇ ਕਿੱਥੇ ਰਹਿੰਦੇ ਨੇ? ਮਾਲਕ ਜੀ ਨਾਲ ਹੀ ਰਹਿੰਦੇ ਨੇ ਸਾਹਮਣੇ। ਇਹ ਜਿਹੜਾ ਪਲਾਟ ਹੈਗਾ ਉਹ ਕਿਹਨਾਂ ਦਾ ਪਲਾਟ ਹੈਗਾ? ਮੋਤੀ ਨਗਰ ਤੋਂ ਜੀ, ਅਸੀਂ ਤਾਂ ਜਾਣਦੇ ਨਹੀਂ ਫਿਲਹਾਲ ਇੰਨਾ। ਤੇ ਉਹਨਾਂ ਨੇ ਕਿਰਾਏ ਤੇ ਦਿੱਤਾ ਹੈ ਪਲਾਟ? ਹਾਂਜੀ, ਦੇਖਭਾਲ ਲਈ ਦਿੱਤਾ ਹੋਇਆ ਜੀ। ਅੱਛਾ, ਕੌਣ ਪ੍ਰਵਾਸੀ ਰਹਿੰਦੇ ਨੇ ਜਿਹੜੇ ਪਲਾਟ 'ਚ ਰਹਿ ਰਹੇ ਨੇ? ਹਾਂਜੀ ਹਾਂਜੀ। ਤੇ ਕੀ ਹੁਣ ਕਾਰਵਾਈ ਦੇਖਿਆ ਗਿਆ? ਕਾਰਵਾਈ ਜੀ, ਮੁਲਾਜ਼ਮਾਂ ਨੂੰ ਬੁਲਾਇਆ ਮੈਂ, ਹੁਣ ਉਹ ਲੈ ਗਏ ਨੇ ਬੱਚੇ ਨੂੰ, ਪੋਸਟ ਮਾਰਟਮ ਕਹਿੰਦੇ ਕਰਾਂਗੇ, ਬਾਕੀ ਦੇਖੋ ਕਾਰਵਾਈ ਕੀ ਹੋ ਰਹੀ ਹੈ। ਕੋਈ ਲੱਗ ਰਿਹਾ ਕੋਈ ਮੁਹੱਲੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਹਾਦਸਾ? ਨਹੀਂ ਕਹਿ ਸਕਦੇ ਆ ਜੀ, ਹੁਣ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਨਾ। ਕੀ ਗਲਤ ਕੀਤਾ ਹੈਗਾ? ਜੋ ਗਲਤੀ ਹੋਇਆ ਜੀ, ਜੋ ਹੋਇਆ ਅੱਜ ਹੋਇਆ ਕੱਲ ਹੋਰ ਵੀ ਹੋ ਸਕਦਾ ਗਾ। ਇਹ ਜਿਹੜਾ ਭਰੋਣ ਸੀਗਾ, ਲੜਕੀ ਸੀ ਲੜਕਾ? ਲੜਕੀ ਸੀ ਜੀ। ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਲੜਕੀ ਦਾ ਇਦਾਂ ਹੋ ਗਿਆ ਅਤਿਆਚਾਰ, ਇੱਕ ਜੀਵ ਬਹੁਤ ਜ਼ਿਆਦਾ ਜੀ ਹੋਇਆ, ਬਹੁਤ ਜ਼ਿਆਦਾ ਗਲਤ ਹੋਇਆ। ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਵਰਿੰਦਰ ਕੁਮਾਰ ਦਾ ਪਲਾਟ ਆ, ਜੈ ਗੁਰਦੇਵ ਨਗਰ ਦੀ ਮੋਗਾ ਕਲੋਨੀ, ਇੱਥੇ ਬੱਚਾ ਪਿਆ ਸੀ, ਲੋਕਾਂ ਨੇ ਆ ਕੇ ਦੇਖਿਆ ਅਤੇ ਜਿਹੜੀ ਲੜਕੀ ਆ, ਮਤਲਬ ਐਂ ਲੱਗਦੀ ਤਾਜ਼ਾ ਹੀ ਜਨਮ ਹੋਇਆ ਹੋਇਆ। ਅਤੇ ਜਿਹੜਾ ਪਲਾਟ ਹੈਗਾ ਸੀਗਾ, ਵਰਿੰਦਰ ਕੁਮਾਰ ਦਾ, ਮਿਸ਼ਰਾ ਦਾ ਪਲਾਟ ਆ, ਉਹਨਾਂ ਨੇ ਗਾਹਾਂ ਪਿੰਟੂ ਨਾਂ ਦੇ ਬੰਦੇ ਨੇ ਦਿੱਤਾ ਹੋਇਆ, ਦੇਖ ਦੇਖ ਲਈ ਉਹ ਅੱਜ ਵਿਆਹ ਗਏ ਹੋਏ ਪਲਾਟ। ਕੋਈ ਜਾਣਕਾਰੀ ਮਿਲੀ ਹੈ ਕਿਹਦਾ ਭਰੋਣ ਹੈਗਾ? ਨਹੀਂ ਅਜੇ ਕੋਈ, ਮਤਲਬ ਇਨਵੈਸਟੀਗੇਸ਼ਨ ਕਰ ਰਹੀ ਹੈ, ਬੰਦਾ ਟੀਮ ਬਣਾ ਕੇ ਭੇਜੀ ਹੈ ਦੇਖਣ ਵਾਸਤੇ, ਚੈੱਕ ਕਰਦੇ ਹਾਂ ਕਿਹਦਾ ਨਹੀਂ। ਕਿੰਨੀ ਕੁ ਦੇਰ ਦਾ ਲੱਗ ਰਿਹਾ ਸਰ ਬੱਚਾ? ਬੱਚਾ ਇੱਕ ਅੱਧੇ ਦਿਨ ਦਾ। ਲੜਕੀ ਹੈ ਲੜਕਾ? ਲੜਕੀ ਹੈ। ਲੜਕੀ। ਕੀ ਕਾਰਵਾਈ ਕਰ ਰਹੇ ਸੀ? ਇਹ ਪਰਚਾ ਦੇ ਕੇ ਜੀ, ਸੈਂਸਸਤਾਨ ਪੋਸਟਮਾਰਟਮ ਕਰਾਵਾਂਗੇ। Bureau Report, Vision Punjab TV. For more news updates and entertainment videos, please subscribe our channel. For all latest notification, don't forget to press the bell icon.